ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਦੇ ਜ਼ਰੀਏ ਅੱਜ ਇੱਕ ਵਾਰੀ ਫਿਰ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਹਲਕਾ ਗਿੱਲ ਦੇ ਪਿੰਡ ਚੁੱਪਕੀ ਦੇ ਮੌਜੂਦਾ ਸਰਪੰਚ ਰਾਜਵੀਰ ਚੁੱਪਕੀ ਦੇ ਕੋਲ। ਰਾਜਵੀਰ ਚੁੱਪਕੀ ਦੇ ਬਾਰੇ ਜੇਕਰ ਲੇਟੈਸਟ ਤੁਹਾਨੂੰ ਜਾਣਕਾਰੀ ਦੇਈਏ ਤਾਂ ਦੱਸਣਾ ਚਾਹਾਂਗੇ ਕਿ ਰਾਜਵੀਰ ਸਿੰਘ ਚੁੱਪਕੀ ਪਿਛਲੇ ਦਿਨੀ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਆਏ ਨੇ। ਆਓ ਆਪਾਂ ਗੱਲਬਾਤ ਕਰਦੇ ਹਾਂ ਇਸ ਸਮੇਂ ਕਾਂਗਰਸ ਦੇ ਹਾਲਾਤਾਂ ਦੇ ਬਾਰੇ। ਜੇਕਰ ਆਪਾਂ ਗੱਲ ਕਰੀਏ ਰਾਜਵੀਰ ਜੀ, ਪਹਿਲਾਂ ਤਾਂ ਫਤਿਹ ਦੀ ਸਾਂਝ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਵੀਰ ਸਿੰਘ ਚੁੱਪਕੀ, ਤੁਸੀਂ ਨਵਜੋਤ ਸਿੰਘ ਸਿੱਧੂ ਕੋਲ ਜਾ ਕੇ ਆਏ ਹਨਾ, ਹਾਂਜੀ, ਤੁਹਾਨੂੰ ਕੀ ਵਧੀਆ ਲੱਗਿਆ ਉਹਨਾਂ ਦੇ ਵਿੱਚ ਜਿਹੜਾ ਤੁਸੀਂ ਉਹਨਾਂ ਨੂੰ ਮਿਲਣ ਲਈ ਸਪੈਸ਼ਲ ਪਟਿਆਲੇ ਪਹੁੰਚੇ? ਮੁੜ ਤੋਂ ਹੀ ਫੈਨ ਆ ਜੀ ਮੈਂ ਨਵਜੋਤ ਸਿੰਘ ਸਿੱਧੂ ਜੀ ਦਾ। ਅੱਛਾ, ਹਾਂਜੀ, ਠੀਕ ਹੈ। ਲੀਡਰ ਹੋਰ ਵੀ ਹੈਗੇ ਨੇ ਕਾਂਗਰਸ ਦੇ, ਕਾਂਗਰਸ ਪਾਰਟੀ ਦੇ ਵਿੱਚ, ਪਰ ਇਹਨਾਂ ਨਾਲ ਜ਼ਿਆਦਾ ਕੁਛ ਆਪਣਾ ਤੇ ਉਹ ਆ। ਕਿਹੜੀਆਂ ਗੱਲਾਂ ਨੇ, ਕਿਹੜੀਆਂ ਖੂਬੀਆਂ ਨੇ ਜਿਹੜੀਆਂ ਤੁਹਾਨੂੰ ਖਿੱਚ ਕੇ ਉਹਨਾਂ ਤੱਕ ਪਹੁੰਚਦਿਆਂ ਕਰ ਗਈਆਂ? ਸਭ ਤੋਂ ਵੱਡੀ ਗੱਲ ਤਾਂ ਇਹ ਆ, ਸਰਦਾਰ ਨਵਜੋਤ ਸਿੰਘ ਸਿੱਧੂ ਜੀ ਸ੍ਰੀ ਗੁਰੂ ਨਾਨਕ ਜੀ ਦੇਵ ਜੀ ਦੇ ਫਲਸਫੇ ਤੇ ਚੱਲਦੇ ਨੇ। ਜਿਹੜਾ ਇਹਨਾਂ ਨੇ ਨਨਕਾਣਾ ਸਾਹਿਬ ਦਾ ਲਾਂਘਾ ਕਲਵਾਇਆ, ਉਦੋਂ ਬਾਅਦ ਤਾਂ ਵੀ ਸਮਝ ਲਓ ਵੀ ਸਾਰਾ ਕੁਛ ਹੀ ਆਪਣਾ ਸਿੱਧੂ ਸਾਹਿਬ ਲਈ ਹਾਜ਼ਰ ਆ। ਫੈਨ ਆਪਾਂ ਨੂੰ ਸਿੱਧੂ ਸਾਹਿਬ ਦੇ ਜੀ। ਫੈਨ ਦੋ ਤਰ੍ਹਾਂ ਦੇ ਹੁੰਦੇ ਨੇ, ਹਾਂਜੀ, ਇੱਕ ਛੱਤ ਵਾਲਾ ਪੱਖਾ। ਨਹੀਂ 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 ਜੀ, ਦਿਲੋਂ ਸਲੂਟ ਆ ਸਿੱਧੂ ਸਾਹਿਬ ਨੂੰ ਆਪਣਾ, ਦਿਲੋਂ ਸਲੂਟ ਹੈ, ਬਿਲਕੁਲ ਜੀ। ਤੁਸੀਂ ਦਿਲੋਂ ਸਲੂਟ ਕਰਦੇ ਹੋ ਨਵਜੋਤ ਸਿੰਘ ਸਿੱਧੂ ਨੂੰ, ਲੇਕਿਨ ਜੇਕਰ ਕਾਂਗਰਸ ਦੇ ਇਸ ਸਮੇਂ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਦੇ ਕਰਕੇ ਦੋ ਧੜੇ ਬਣੇ ਹੋਏ ਨੇ, ਕੀ ਕਹੋਗੇ? ਧੜਾ ਤਾਂ ਇੱਕੋ ਹੀ ਆ ਜੀ, ਸਿੱਧੂ ਸਾਹਿਬ ਤਾਂ ਸ਼ਹਿਰਾਂ ਦੇ ਵਿੱਚ ਜਾ ਕੇ ਕਾਂਗਰਸ ਦੇ ਵਰਕਰਾਂ ਨਾਲ ਲੋਕ ਮਿਲਣੀ ਕਰਦੇ ਨੇਗੇ। ਇਲੈਕਸ਼ਨ ਤੋਂ ਬਾਅਦ ਹੁਣ ਮਿਲਣਾ ਸ਼ੁਰੂ ਕੀਤਾ ਉਹਨਾਂ ਨੇ, ਕੋਈ ਅਲੱਗ ਧੜਾ ਨਹੀਂ ਹੈਗਾ। ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ, ਕਾਂਗਰਸ ਦੇ ਥਰੂ ਹੀ ਮਿਲਦੇ ਨੇ, ਕਿਹੜਾ ਕੋਈ ਅਲੱਗ ਸਟੇਜ ਲਾਉਂਦੇ ਨੇ ਆਪਣੀ। ਹਾਂਜੀ, ਪਰ ਜੇਕਰ ਦੇਖਿਆ ਜਾਵੇ ਹੁਣ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਇਹ ਹੈ ਕਿ ਪੰਜੇ ਨੂੰ ਝਾੜੂ ਚੱਕ ਲੈਣਾ ਚਾਹੀਦਾ, ਪਰ ਪੰਜੇ ਦੇ ਇੱਕ ਧੜੇ ਦਾ ਕਹਿਣਾ ਇਹ ਹੈ ਜੇਕਰ ਪੰਜੇ ਨੇ ਝਾੜੂ ਚੱਕਿਆ ਤਾਂ ਪੰਜਾ ਪਿੱਛੇ ਹਟ ਜਾਏਗਾ, ਕੀ ਕਹੋਗੇ? ਇਹ ਤਾਂ ਜਿਹੜਾ ਜੀ ਗੱਠਜੋੜ ਦੀ ਗੱਲ ਚੱਲਦੀ ਹੈ ਤਾਂ ਹੁਣ ਹਾਈ ਕਮਾਂਡ ਦੇ ਹੱਥ ਆ। ਜਾਂ ਵੀ ਸਾਡੇ ਵਰਕਰਾਂ ਨੇ ਕਹਿਣ ਨਾਲ ਕੁਛ ਨਹੀਂ ਹੋਣਾ ਹੈਗਾ। ਅਸੀਂ ਤਾਂ ਕਾਂਗਰਸ ਨੂੰ ਪਿਆਰ ਕਰਦੇ ਹਾਂ, ਸਾਨੂੰ ਤਾਂ ਤੁਰਨਾ ਪੈਣਾ ਮਗਰ। ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਨਵਜੋਤ ਸਿੰਘ ਸਿੱਧੂ ਜੀ ਦੇ ਕਹੇ ਹੋਏ ਗੱਲਾਂ ਦੇ ਉੱਤੇ ਹਾਈ ਕਮਾਂਡ ਫੁੱਲ ਚੜਾਉਂਦੀ ਹੈ ਤੇ ਪੰਜਾ ਜੇਕਰ ਝਾੜੂ ਨੂੰ ਚੱਕਦਾ ਆ ਤਾਂ ਰਾਜਵੀਰ ਚੁੱਪਕੀ ਪਿੰਡ ਚੁੱਪਕੀ ਤੋਂ ਆਮ ਆਦਮੀ ਪਾਰਟੀ ਲਈ ਵੋਟਾਂ ਮੰਗਣਗੇ? ਨਹੀਂ, ਕਾਂਗਰਸ ਪਾਰਟੀ ਲਈ ਮੰਗਣਗੇ ਜੀ। ਨਹੀਂ, ਜਦੋਂ ਤੁਸੀਂ ਉਹਦੇ ਦੇ ਨਾਲ ਮਰਜ ਹੋ ਜਾਣਾ ਹੈ ਨਾ, ਇੱਕੋ ਜਾਣਾ, ਫਿਰ ਤਾਂ ਕੀ ਕਾਂਗਰਸ ਤੇ ਕੀ ਝਾੜੂ, ਫਿਰ ਤਾਂ ਇੱਕੋ ਹੀ ਹੋ ਗਏ। ਮੇਰਾ ਪਿੰਡ ਤਾਂ ਪਹਿਲਾਂ ਤੋਂ ਹੀ ਕਾਂਗਰਸੀ ਆ ਜੀ। ਇਹ ਤਾਂ ਐਤਕੀ ਬਦਲਾਅ ਕਰਕੇ ਵੋਟਾਂ ਪੈ ਗਈਆਂ, ਨਹੀਂ ਤਾਂ ਜਿੱਧਰ ਨੂੰ ਕਾਂਗਰਸ ਨੂੰ ਕਹਾਂਗੇ ਆਪਾਂ ਵੋਟਾਂ ਕਾਂਗਰਸ ਨੂੰ ਪੈਣੀਆਂ ਨੇ। ਐਤਕੀ ਲੋਕਾਂ ਨੇ ਕਿਹਾ ਕਾਂਗਰਸ ਨੂੰ ਸੀਗਾ, ਪਰ ਅੰਦਰ ਕਦੀ ਵੋਟਾਂ ਝਾੜੂ ਨੂੰ ਪਾ ਗਏ। ਪਰ ਇੱਕ ਚੀਜ਼ ਇਹ ਵੀ ਹੈ ਨਾ, ਜਿਸ ਸਮੇਂ ਮੌਜੂਦਾ ਸਰਕਾਰ ਬਣੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ, ਤਾਂ ਜਿਹੜੇ ਝਾੜੂ ਦੇ ਹਿਤੈਸ਼ੀ ਨੇ ਉਹਨਾਂ ਨੇ ਇਹ ਕਿਹਾ ਸੀ ਕਿ ਝਾੜੂ ਨੇ 70 ਸਾਲਾਂ ਦਾ ਗੰਦ ਸਾਫ਼ ਕਰ ਦਿੱਤਾ। ਤੇ ਤੁਹਾਨੂੰ ਪਤਾ ਹੀ ਹੈ ਕਿ 70 ਸਾਲਾਂ ਦਾ ਗੰਦ ਇਹ ਲੋਕ ਕਿਸ ਨੂੰ ਆਖਦੇ ਸੀ? ਕੀ ਹੁਣ ਪੰਜਾ ਝਾੜੂ ਨੂੰ ਹੱਥ ਵਿੱਚ ਚੱਕਦੇ ਵਧੀਆ ਲੱਗੇਗਾ? ਇਹ ਤਾਂ ਜੀ ਹੁਣ ਤੁਹਾਨੂੰ ਮੈਂ
ਆਪਣੇ ਵਿਚਾਰ ਦਿਓ ਤੁਸੀਂ ਹਾਈ ਕਮਾਂਡ ਦੀ ਗੱਲ ਨਾਲ ਆਪਣੇ ਵਿਚਾਰ ਦਿਓ ਉਦੋਂ ਤਾਂ ਚੱਕ ਦੇ ਚੰਗੇ ਨਹੀਂ ਲੱਗਦੇ ਕਿਉਂ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਹਰਾਉਣ ਦੇ ਵਿੱਚ ਜ਼ੋਰ ਲਾਇਆ ਸੀਗਾ ਚਲੋ ਹੁਣ ਇੱਕ ਸੈਂਟਰ ਦੀ ਸਰਕਾਰ ਬਣਾਉਣ ਵਾਸਤੇ ਇਹ ਕੰਪਰੋਮਾਈਜ਼ ਕਰਨਾ ਪੈਣਾ ਵਾ ਕਿਉਂ ਬਾਕੀ ਸਾਰੀਆਂ ਪਾਰਟੀਆਂ ਜਿਵੇਂ ਹੁਣ ਬੀਜੇਪੀ ਤੇ ਅਕਾਲੀ ਦਲ ਇਹਨਾਂ ਦੀ ਵੀ ਸੂਤਰਾਂ ਤੋਂ ਖਬਰਾਂ ਆਉਂਦੀਆਂ ਨੇ ਕਿ ਇਕੱਠੇ ਨੇਗੇ ਇਹ ਐਲਾਨ ਕਰਨ ਇਹਨਾਂ ਨੇ ਵੀ ਤੇ ਉਹਨਾਂ ਦੀ ਤਰ੍ਹਾਂ ਹੀ ਹੁਣ ਝਾੜੂ ਦੇ ਕਾਂਗਰਸ ਨੂੰ ਇਕੱਠੇ ਹੋਣਾ ਪੈਣਾ ਪਰ ਸੂਤਰਾਂ ਦੀ ਬਹੁਤੇ ਬਹੁਤੇ ਲੀਡਰ ਤਾਂ ਬਈ ਨਹੀਂ ਚਾਹੁੰਦੇ ਵੀ ਇਕੱਠੇ ਨਾ ਹੋਣ ਇਹ ਪਰ ਲੀਡਰਾਂ ਦੀ ਨਹੀਂ ਚੱਲਣੀ ਨਾ ਜੀ ਬਹੁਤੇ ਕਾਂਗਰਸੀ ਲੀਡਰ ਹਾਂ ਬਹੁਤੇ ਕਾਂਗਰਸੀ ਲੀਡਰ ਤਾਂ ਇਹ ਕਹਿੰਦੇ ਨੇ ਵੀ ਕਾਂਗਰਸ ਅਲੱਗ ਹੀ ਲੜੇ ਝਾੜੂ ਤੋਂ ਤਾਂ ਲੋਕਾਂ ਦਾ ਮਨ ਮੁੜਿਆ ਹੋਇਆ ਵਾ ਵੀ ਕਾਂਗਰਸ ਆਪਦੇ ਦਮ ਤੇ ਲੜੇ 13 ਦੇ ਵਿੱਚੋਂ 13 ਵੀ ਆ ਸਕਦੀਆਂ ਕਾਂਗਰਸ ਦੀਆਂ 10 ਵੀ ਆ ਸਕਦੀਆਂ 10 ਤੋਂ ਘੱਟ ਤਾਂ ਆਉਣਾ ਬਈ ਹੋ ਹੀ ਨਹੀਂ ਸਕਦਾ ਵੀ 10 ਤੋਂ ਘੱਟ ਸੀਟਾਂ ਬਣਨਗੀਆਂ ਤੁਹਾਨੂੰ ਇੰਜ ਕਿਉਂ ਲੱਗਦਾ ਆ ਕਿ ਕਾਂਗਰਸ ਨੂੰ ਐਮਪੀ ਦੀਆਂ 13 ਵਿੱਚੋਂ 10 ਸੀਟਾਂ ਆ ਸਕਦੀਆਂ ਨੇ ਹੋ ਸਕਦਾ ਇੱਕ ਵੀ ਨਾ ਆਵੇ ਨਹੀਂ ਨਹੀਂ ਜੀ ਇਹ ਹੋ ਹੀ ਨਹੀਂ ਸਕਦਾ ਹੈਗਾ ਲੋਕਾਂ ਦਾ ਝਾੜੂ ਤੋਂ ਤਾਂ ਮਨ ਮੁੜਿਆ ਪਿਆ ਵਾ ਪਰ ਝਾੜੂ ਵਾਲੇ ਕਹਿੰਦੇ ਲੋਕਾਂ ਦਾ ਕਾਂਗਰਸ ਤੋਂ ਮਨ ਮੁੜਿਆ ਪਿਆ ਨਹੀਂ ਨਹੀਂ ਹੁਣ ਲੋਕਾਂ ਨੇ 2 ਸਾਲਾਂ 'ਚ ਪਰਖ ਲਿਆ ਨਾ 2 ਸਾਲ ਹੋ ਗਏ ਸਰਕਾਰ ਬਣੀ ਨੂੰ ਅਗਲੇ ਮਹੀਨੇ 2 ਸਾਲ ਹੋ ਜਾਣਗੇ ਮੁਲਾਜ਼ਮ ਵੀ ਦੁਖੀ ਆ ਮਜ਼ਦੂਰ ਵੀ ਦੁਖੀ ਆ ਕਿਸਾਨ ਵੀ ਦੁਖੀ ਆ ਇਹ ਦੁਬਾਰ ਮੁੜ ਤੇ ਪੰਜਾਬ ਨੂੰ ਲੀਹ ਤੇ ਲਿਆਉਣ ਲਈ ਕਾਂਗਰਸ ਦਾ ਪੱਲਾ ਲੋਕਾਂ ਨੂੰ ਫੜਨਾ ਪੈਣਾ ਨਹੀਂ ਪੰਜਾਬ 70% ਖਤਮ ਹੋ ਗਿਆ ਜਿਹੜਾ ਰਹਿੰਦਾ ਖੁੰਹਦਾ 25% ਆ ਆ 3 ਸਾਲਾਂ ਦੇ ਵਿੱਚ ਖਤਮ ਹੋ ਜਾਊਗਾ ਜੇ 24 'ਚ ਪੱਲਾ ਨਾ ਫੜਿਆ ਕਾਂਗਰਸ ਦਾ ਲੋਕਾਂ ਨੇ ਤਾਂ ਪੰਜਾਬ ਖਤਮ ਹੋਣ ਦੀ ਲੀਹ ਤੇ ਤੁਰਿਆ ਹੋਇਆ ਵਾ